ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਧੁੰਦਾਂ ਵਾਲੇ ਦਿਨ ਸ਼ੁਰੂ ਹੋ ਗਏ ਨੇ, ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂ ਕਰਦੇ ਅੱਜ ਦਾ ਵਲੌਗ। ਬਹੁਤ ਜ਼ਿਆਦਾ ਠੰਡ ਹੈ ਅਤੇ ਦੁਪਹਿਰ ਦੇ ਹੁਣ ਇਸ ਟਾਈਮ 11:30 ਹੋ ਚੁੱਕੇ ਆ, ਸਵੇਰ ਦੇ ਕਹਿ ਲਓ, ਦੁਪਹਿਰ ਦੇ ਕਹਿ ਲਓ, ਅਤੇ ਧੁੰਦ ਹਜੇ ਸੂਰਜ ਸਾਹਿਬ ਮਾੜੇ ਜਿਹੇ ਨਜ਼ਰ ਆਏ ਆ। ਧੁੰਦਾਂ ਕਹਿੰਦੀਆਂ ਲਕੋ ਦਾਂਗੇ ਅਸੀਂ, ਚੱਕ ਲਾਂਗੇ ਫੱਟੇ। ਧੁੰਦ ਦੇਖੋ ਅੱਜ ਬਹੁਤ ਹੈ, ਕਿੱਥੇ ਕਿੱਥੇ ਧੁੰਦ ਹੈ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਮੈਂ ਚੱਲ ਪਿੰਡ ਨੂੰ, ਅੱਜ ਆਉਣਾ ਆਪਣੇ ਕਿਸੇ ਗੈਸਟ ਨੇ ਘਰ, ਅਤੇ ਉਹਦੇ ਕਰਕੇ ਸਮਾਨ ਸੁਪਾ ਲੈਣ ਚੱਲੇ ਹਾਂ। ਮਾੜੇ ਮੋਟੇ ਨਿੱਕੇ ਤੋਂ ਹੋਰ 2-3 ਕੰਮ ਆ ਉਹ ਕਰਾਈਏ। ਠੰਡ ਵੀ ਬਹੁਤ ਜ਼ਿਆਦਾ ਆ, ਠੰਡ ਇੰਨੀ ਹੈ ਨਹੀਂ ਗੀ ਮਤਲਬ, ਅਤੇ ਧੁੰਦ ਹੋਣ ਕਰਕੇ ਹੀ ਕੁਛ ਦਿਖਦਾ ਨਹੀਂ। ਮੇਰੇ ਖਿਆਲ 'ਚ 2 ਵਜੇ ਤੱਕ ਸ਼ਾਇਦ ਆਸ ਉਮੀਦ ਹੈਗੀ ਵੀ ਸੂਰਜ ਦਾ ਪ੍ਰਭਾਵ ਬਣ ਜੂਗਾ ਅਤੇ ਧੁੰਦ ਥੋੜ੍ਹੀ ਜਿਹੀ ਥੱਲੇ ਹੋ ਜੂਗੀ, ਅਤੇ ਉਦੋਂ ਬਾਅਦ ਘੰਟੇ ਬਾਅਦ ਫਿਰ ਧੁੰਦ ਨੇ ਘੇਰਾ ਪਾ ਲੈਣਾ। ਸੋ ਸੂਰਜ ਸਾਹਿਬ 15-20 ਦਿਨ ਹੁਣ ਤੁਹਾਡਾ ਲਗਾਤਾਰ ਦੇਣਾ। ਠੰਡ ਠੱਪਾ ਇੰਨਾ ਹੋ ਗਿਆ ਵੀ ਹੁਣ ਅਸੀਂ ਹੀਟਰ ਲਾਉਣ ਲੱਗ ਪਏ ਕੁਕਲੇ ਵਾਸਤੇ। ਥੋੜੇ ਦਿਨਾਂ ਤੱਕ ਆਪਾਂ ਸਰਪ੍ਰਾਈਜ਼ ਰਿਵੀਲ ਕਰ ਦਾਂਗੇ ਇਨਸ਼ਾਅੱਲਾਹ। ਧੁੰਦ ਦੇਖੋ ਵਾ, ਅੱਗੇ ਕੁਛ ਨਹੀਂ ਦਿਖਦਾ। ਆਹ ਹੁਣ ਅਸੀਂ ਘਰੇ ਪਹੁੰਚੇ ਆ, ਨਾ ਨਿਕਲੋ ਬਈ, ਮਸਾਂ ਹੀ ਪਹੁੰਚੇ ਆ। ਮੂਹਰੇ ਥੱਲੜ ਦੀਆਂ ਲਾਈਟਾਂ ਜਗਦੀਆਂ ਕੱਲੀਆਂ, ਗਏ ਸੀਗੇ ਤੇ ਰੋਟੀਆਂ ਨੂੰ ਲੇਟ ਹੋ ਗਏ। ਹੁਣ ਹਜੇ 8 ਵਜੇ ਰਾਤ ਦੇ, ਹੁਣ ਹਜੇ ਸਬਜ਼ੀ ਰੋਟੀ 10 ਮਿੰਟਾਂ ਚ ਮੈਂ ਚੱਲੀ ਆ। ਸਪੀਡੋਮੀਟਰ ਚੱਲੇ ਆ ਤੇ ਆ ਰੋਗਾ ਬਚਾ ਦੇ ਲੈ ਲਾ ਬੜੂ। ਓ ਬੜੂ ਠੰਡ ਕਰਕੇ ਬਾਹਰ ਇੱਥੇ ਅੰਦਰ ਬਣਤਾ, ਕਿਉਂਕਿ ਫਿਰ ਬਾਹਰ ਭੱਜਿਆ ਫਿਰਦਾ ਰਹਿੰਦਾ ਤੇ ਬਿਮਾਰ ਹੋ ਜੂਗਾ। ਤੇ ਧੁੰਦ ਦੇਖ ਲਓ, ਸਵੇਰ ਦੇ 11:30 ਹੋ ਚੁੱਕੇ ਆ। ਇਹਨਾਂ ਦਿਨਾਂ ਦੇ ਵਿੱਚ ਧੁੰਦਾਂ ਪੈਣੀਆਂ ਲਾਜ਼ਮੀ ਵੀ ਹੁੰਦੀਆਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਠੰਡ ਹੁੰਦੀ ਹੈ ਪੰਜਾਬ ਦੇ ਵਿੱਚ। ਸ਼ਹੀਦੀ ਹਫ਼ਤਾ ਚੱਲ ਪਿਆ, ਮੈਂ ਸਵੇਰੇ ਇੱਕ ਪੋਸਟ ਵੀ ਪਾਈ ਸੀ ਯੂਟਿਊਬ ਦੇ ਉੱਤੇ, ਹੈ ਨਾ, ਅਤੇ ਸ਼ਹੀਦੀ ਹਫ਼ਤੇ ਦੇ ਇਸ ਦੌਰਾਨ, ਹੈ ਨਾ, ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀ ਕੋਈ ਨਾ ਕੋਈ ਇਤਿਹਾਸ ਦੀ ਝਾਤ, ਹੈ ਨਾ, ਜਿਵੇਂ ਅੱਜ ਦੇ ਦਿਨ ਦਾ ਇਤਿਹਾਸ ਇਹ ਹੈ ਕਿ ਗੁਰੂ ਸਾਹਿਬ ਦਾ ਅੱਜ ਅਨੰਦਪੁਰ ਦਾ ਕਿਲ੍ਹਾ ਛੱਡਿਆ ਸੀ ਅਤੇ ਅੱਜ ਦੇ ਦਿਨ ਪਰਿਵਾਰ ਵਿਛੋੜਾ ਹੋਇਆ ਸੀ। ਸਰਸਾ ਨਦੀ ਦੇ ਕੰਢੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਪਾਠ ਕਰਿਆ ਕਰੋ ਅਤੇ ਆਪਣੇ, ਅਤੇ ਮੈਂ ਇਸ ਦਿਨਾਂ ਦੇ ਵਿੱਚ ਵਿੱਚ ਆਉਣ ਵਾਲੇ ਵਲੌਗਸ ਦੇ ਵਿੱਚ ਤੁਹਾਨੂੰ ਆਪਣੀ ਜਰਨੀ ਦੱਸੂੰਗਾ, ਪੱਗ ਦਾੜਾ ਕੇਸ ਕਿ ਇਸ ਤਰ੍ਹਾਂ ਜੋ ਮਤਲਬ ਕਿਵੇਂ ਬਣਿਆ, ਹੈ ਨਾ, ਅਤੇ ਇਹਨਾਂ ਦਿਨਾਂ ਦੀ ਹੀ ਕਹਾਣੀ ਹੈ ਇਹ। ਅਤੇ ਬਾਕੀ ਆਪਾਂ ਹੁਣ ਮੈਂ ਚੱਲਿਆ ਦੋਤੇ, ਕੰਮ ਇੱਕ ਜ਼ਰੂਰੀ ਉਹ ਕਰਨ, ਅਤੇ ਜੋਤ ਤਕਦੀਰ ਅਤੇ ਮਨਦੀਪ ਘਰੇ ਆ, ਬੜੀ ਵੀ ਘਰੇ ਆ, ਅਤੇ ਮੰਮੀ ਨਾਲ ਚੱਲੀਏ ਕਿਉਂਕਿ ਖੰਡ ਪਾਠ ਖੁੱਲ੍ਹਿਆ ਹੋਇਆ ਇੱਥੇ ਆਪਣੇ ਲਾਗੇ। ਮੰਮੀ ਕਹਿੰਦੇ ਚਲੋ ਮੈਂ 2 ਘੰਟੇ ਕੀ, ਅੱਛਾ ਨਹੀਂ, ਪਰ ਉਹ ਆਪਾਂ ਜੋ ਸ਼ਹੀਦੀ ਹਫ਼ਤਾ ਚੱਲਦਾ ਥੋੜ੍ਹੇ ਦਿਨ ਰੋਕ ਕੇ ਕਰਾਂਗੇ, ਹਾਂ ਥੋੜ੍ਹੇ ਦਿਨ ਰੋਕ ਕੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਤਕਦੀਰ ਹਜੇ ਬਹੁਤ ਛੋਟੀ ਹੈ, ਬਸ ਮੇਰਾ ਦਿਲ ਕਰਦਾ ਵੀ ਉਹਨੂੰ ਮੈਂ, ਜਿੰਨਾ ਕੁ ਮੈਨੂੰ ਪਤਾ ਹੈ ਕਿ ਮੈਂ ਸਾਹਿਬਜ਼ਾਦਿਆਂ ਬਾਰੇ, ਹੈ ਨਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਹੈ ਨਾ, ਸਾਰੇ ਇਤਿਹਾਸ ਬਾਰੇ ਜਾਣੂ ਕਰਾਵਾਂ, ਪਰ ਹਜੇ ਬਹੁਤ ਨਿੱਕੀ ਆ ਅਤੇ, ਪਰ ਆਪਾਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਹੁਣ ਗਾਂ ਜਦੋਂ ਠੰਡ ਥੋੜ੍ਹੀ ਹੋਈ, ਹੈ ਨਾ, ਆਪਾਂ ਸਾਰੇ ਲੈ ਕੇ ਜਾਵਾਂਗੇ, ਮੱਥਾ ਟਿਕਾ ਕੇ ਲਿਆਵਾਂਗੇ ਅਤੇ ਆਉਣ ਵਾਲੇ ਸਾਲ ਨੂੰ ਹੋ ਜੂਗੀ, ਅਤੇ ਉਦੋਂ ਆਪਾਂ ਇਹਨੂੰ ਇਤਿਹਾਸ ਬਾਰੇ ਜਾਣੂ ਕਰਾਵਾਂਗੇ, ਕਿਉਂਕਿ ਇਹ ਬੀਜ ਹੁੰਦੇ ਆ ਛੋਟੇ ਬੱਚਿਆਂ 'ਚ, ਜਦੋਂ ਅਸੀਂ ਇਤਿਹਾਸ ਦੇ ਬੀਜ ਬੀਜ ਦਿਆਂਗੇ ਨਾ, ਤਾਂ ਫਿਰ ਮੁੜ ਕੇ ਜਿਹੜਾ ਆ ਸਾਰੀ ਜ਼ਿੰਦਗੀ ਉਹ ਜਿਹੜੀ ਆ ਉਹਦੇ ਅੰਦਰ ਜਿਹੜੀ ਆ ਉਹ, ਹੈ ਨਾ, ਇਤਿਹਾਸਿਕ ਕਰੂਗੇ। ਮਾਂ ਪਿਓ ਦੀ ਜ਼ਿੰਮੇਵਾਰੀਆਂ ਹੁੰਦੀਆਂ, ਇਹ ਬੜੀ ਹੁਣ ਬਹੁਤ ਪੌਂਕੀ ਆਉਂਦਾ, ਅਤੇ ਗੱਡੀ ਵੀ ਸਟਾਰਟ ਖੜ੍ਹੀ ਆ, ਚੱਲੀਏ, ਠੰਡ ਬਹੁਤ ਹੈ। ਗੱਡੀ 'ਤੇ ਇਸ ਲਈ ਚੱਲਿਆ ਯਾਰ ਕਿਉਂਕਿ ਜਾਣ ਦਾ ਮੈਂ ਇਕੱਲੇ ਨਹੀਂ ਹਾਂ। ਚਾ ਵੇਖ ਲਈ ਆਹ, ਫਿਰ ਫੋਨ ਲਿਆਈ ਨਹੀਂ ਤੂੰ? ਚੱਲ ਠੀਕ ਆ ਫਿਰ, ਚੰਗਾ। ਲਓ ਜੀ, ਮੰਮੀ ਨੂੰ ਆਪਾਂ ਇੱਥੇ ਕਰਤਾ ਡਰੋਪ, ਮੰਮੀ ਚੱਲੇ ਇੱਥੇ ਖੰਡ ਪਾਠ, ਇੱਥੇ ਆਪਣੇ ਨਾ ਨੇੜੇ ਕੁਟੀਆ ਆ ਸੰਤ ਬੋਰੇ ਵਾਲਿਆਂ ਦੀ, ਅਤੇ ਇੱਥੇ ਖੰਡ ਪਾਠ ਖੁੱਲ੍ਹਦਾ ਆਪਣੀ ਤਹਿਸੀਲ ਦੋਦੇ ਦੀ, ਅਤੇ ਇਹ ਆਪਣੇ ਦੋਦੇ ਦੀ ਤਹਿਸੀਲ, ਇੱਥੋਂ ਆਪਣੇ ਸਾਰੇ ਸਰਕਾਰੀ ਕੰਮ ਹੁੰਦੇ ਆ। ਇਹ ਹੈ ਜੀ ਆਪਣੇ ਪਿੰਡ ਦੋਦੇ ਦੀ ਤਹਿਸੀਲ, ਇਹ ਪਿੰਡ ਹੁੰਦਾ ਸੀ
ਹੁਣ ਮਾਰਕੀਟ ਕਮੇਟੀ ਹੁਣ ਤਾਂ ਸ਼ਹਿਰ ਹੀ ਬਣਿਆ ਪਿਆ ਤੇ ਇੱਥੇ ਹੁਣ ਆਪਣੇ ਸਾਰੇ ਸਰਕਾਰੀ ਕੰਮ ਹੋਣ ਲੱਗ ਪਏ ਜਿਹੜੇ ਗਿੱਦੜਵੇ ਹੁੰਦੇ ਸੀਗੇ ਤੇ ਹੁਣ ਆਪਣਾ ਕੰਮ ਸੀਗਾ ਜਿਹੜਾ 5 ਮਿੰਟਾਂ ਦਾ ਉਹ ਹੋ ਗਿਆ ਬੜੀ ਬੜੀ ਵੇਖ ਲਓ ਆਹ ਦੇਖੋ ਚੰਗਾ ਕਰੀ ਚੱਲ ਕਰ 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 ਕਰੂੰਗਾ ਤੈਨੂੰ ਬਦਨਾਮ ਆਹ ਦੇਖੋ ਤੰਗ ਕਰਦਾ ਹੁਣ ਇਹ आजा हाँ कर 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 हाँ की पाया मूह च मैं पुट्ठा सीधा पा के कुछ मूह च इन्हें भजे फिरना हुण ते मुड़ के खंग लग जाती है आजा आजा बड़ी ना वे मेरे मगर इस करके मैं इधर दी पौड़ियाँ चढ़िया पहला फिर इधरलियाँ पौड़ियाँ उतरूँगा गेट उधरों क्योंकि मोटरसाइकिल इधर खड़ा पसुआ नहीं हूँ आ पौड़ियाँ उतरूँगा तो दोनों पौड़ियाँ दे कोठे दे ना चढ़े बड़ी ता करके इदा इधर भी पासे मंजा लाया वे उधर पौड़ियाँ कुछ होर चीज़ा ला के बंद की हुई सो चल हस हसो ना जो किन्ने टाइम बाद चाह लेके आई मेरे लिए बना के सर्दियां बीत गई रात दे बजे जी 7:30 ते अज धुंद है नहीं कंग्रेचुलेशंस तकदीर का दुध भी खत्म हो गया तो यह चीज की टेंशन लैके फिर तकदीर के दुध ना कोई कॉम्प्रोमाइज नहीं है ना तो फिर बठिंडे जाके आया हूं मैनू ये मैं भी धुंद पऊगी तो पर धुंद अज हैगी जरूर है पर बहुत घट है मेरे ख्याल से सवेरे धुप भी निकले तो शायद हो सकता तो वो करके फिर अभी दूसरा अज हूँ बठिंडे जाके आए हैं अद्धी रात को दुध लेके आए क्योंकि जरूरी सूँ पता भी दुध ना कोई कॉम्प्रोमाइज नहीं तकदीर के ना तो वैसे हूँ इस बाद थोड़ा चिर ही आप महीना डेढ़ ही पियाना दुध ये उदू बाद आप जो सैर लक वगैरह स्टार्ट कर देना हे हूँ पहुंचे घर बड़ी का इलाज क्योंकि बड़ी छोटे होंदे तो बैड पर पैन गिजे आ तो बड़ी पैंता तो हूँ बैड पर ही है वैसे जिथे तकदीर पई है हूँ इतने पहले बड़ी पैन होती है ना पर हम तकदीर ने थान रोक ली इलाज फिर वाल थोड़े तुहानू पता भी सर्दी दे विच झड़दे होण करके इलाज जो धोरण ये किया डबल चादर करती ये चादर चक के सवेरे जिहड़ी सिंगल है ये झड़ जाती है तो वाल जिहड़े फिर इहदे तों लै जांदे बदल दिंदे चेंज कर दिंदे आ सो ये तो दिमाग साडा हैगा मनदीप कौर दा दूर नहीं कर सकते सो इस करके जिहड़ा आ ते बाकी जिहड़ा ना अपना 2-3 दिन तो आपां लगातार शूट नहीं कर रहे सी उहदा कोई रीजन सीगा कि आपां किते गए होए सीगे बिजी सीगे इहदे करके आपां शूट नहीं कर रहे सी इस हफ्ते जिहड़ा आ साडा जिहड़ा बिजी होण करके जिहड़ा मन के चलो भी शॉर्ट मूवी दा भी स्किप हो गया फिर ते कुछ शहीदी दिहाड़े चल रहे करके उहदे करके आपां हैना तुहानूं पता भी घट कर रहे ने शूट बाकी कोशिश करांगे कि इस हफ्ते दे हां जी दसो
गल ने कोई गल होर चली जाती कोई गल होर कर देनी है ते बाकी कल तो अगे फिर अगेन कंटिन्यू करांगे व्लॉगिंग ते अपने हुण थोड़े अज्जे से कुछ नहीं कीता सारा दिन चार लाइट ही नहीं हुंदी दो दिन तो अगले पांच चार दिन दे विच साडे नगर कीर्तन भी आऊगा ते घर घर अपने नगर कीर्तन ना ना हुंदा अपनी सड़क उत्तों दी मतलब इत्थे हां सो ये दिन जिहड़े आ इस तरह के होंगे तो बाकी पिछले साल आप इन्हें दिन चंडीगढ़ सीगे तो पर इन्ना दिन के सू एक गल होर सू एक साल हो गया पूरा साड़ी गड्डी लई नू तो कल इस चक्कर के गड्डी धोवेंगे साल हो गया हाँ साल हो गया कि तरीक नू लई सी अज कि अज हैगी हो गई छब्बी नू लई सी रोटी खा के असी पै गई मैं मनदीप क्योंकि इनक ज्यादा धुंद होंगी ना सवेर नू पोचा तो की लगना बाहर दिना भी नहीं हुंदा कुछ सो थोड़ा जिहा चिल मूड चल रहा ऑन ते कर्मचारी लभ रहे आ सफाई लई बाय बाय जी मिलते हैं आप नवे जे ब्लॉग के नाल ते कंटिन्यू कराएंगे सरप्राइज मेरा थोड़ा जिहा लेट होया आ गया हां बहना होने ने गड़ू ने वेला ये चीज जेल सी जो तनु मारी जांदी बस की भी मेरा वध क्या मैं सच्ची दादी हां मेनू इस गल दी सच्ची जेलसी आ क्योंकि बड़ी जो बीमार हुंदा हुंदा ज्यादातर उदो भी मैं ही सामदी आ जागदी भी मैं ही आ ते जदों छोटा हुंदा सी उहनूं दे के तां देदा छोटा हुंदा सी उहनूं दुध भी रात नूं मैं ही लिया के दिंदी हुंदी सी गर्म करके बोतल दा भी मैं ही पिउंदी रही पर इह ज्यादा मूंह महकदीप दा करदा पता नहीं क्यों मैं क्या आपदी थां बणा के पैरां ते पैणा नहीं मेरे पैरां ते मेरी कुकली मैं कहा मेरा सरप्राइज थोड़ा जिहा लेट हो गया सो किन्नी चार आपां 28 तरीक 29 तरीक नूं तुहानूं दस देवांगे वी की सरप्राइज आ 29 नूं 28 तरीक जां 29 तरीक नूं हां ओह थोड़ी देर लेट करांगे हां पर करांगे जरूर मेरी मेरी दिली ख्वाहिश आ ते मैं बहुत ज्यादा एक्साइटेड आं ओह चीज लई